ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਗੂ ਸਰਪੰਚ ਉੱਤੇ ਲਓ ਜੀ ਇੱਕ ਆਪਾਂ ਵੀਡੀਓ ਪਾਈ ਸੀਗੀ ਪਿੱਛੇ ਹਨਾ ਵੀ ਰੀਪਰ ਦੀਆਂ ਘੋੜੀਆਂ ਲਗਾਉਣ ਮੋਟਰ ਤੇ ਗਏ ਸੀ ਉਸ ਵੀਡੀਓ ਤੇ ਆਪਾਂ ਰੰਮੂ ਨਾਲ ਮਜ਼ਾਕ ਕਰਦੇ ਸੀਗੇ ਵੀ ਹਾਸੀਆਂ ਖੇਡੀਆਂ ਹੁੰਦੀਆਂ ਨੇ ਜਿਹੜੀਆਂ ਆਪਣੀਆਂ ਕਿਉਂ ਟਾਈਮ ਪਾਸ ਵਧੀਆ ਹੋ ਜਾਂਦਾ ਪਿੱਛ ਲੋਕ ਉਹ ਵੀਡੀਓ ਦੇ ਕਮੈਂਟ ਕਰ ਰਿਹਾ ਵੀ ਹਨਾ ਗਰੀਬ ਨੂੰ ਐ ਕਿਉਂ ਬੋਲਦਾ ਕੰਮ ਕਰਾ ਕੇ ਐ ਕਰਦਾ ਪੈਸੇ ਦੇਣ ਦੀ ਇਕਾਤ ਨਹੀਂ ਫਲਾਣਾ ਟਿੰਕਾ ਤਾਂ ਮੇਰਾ ਕੋਈ ਮਕਸਦ ਨਹੀਂ ਵੀ ਮੈਂ ਹਨਾ ਉਹਨਾਂ ਨੂੰ ਸਫਾਈਆਂ ਦਿੰਦਾ ਫੇਰਾ ਮੈਨੂੰ ਲੋੜ ਵੀ ਨਹੀਂ ਸਫਾਈਆਂ ਦੇਣ ਦੀ ਪਰ ਮੈਂ ਇਹ ਵੀਡੀਓ ਤਾਂ ਬਣਾ ਰਿਹਾ ਉਹਨਾਂ ਲਈ ਕਿਉਂਕਿ ਜਿਹੜੇ ਵੀਰ ਆਪਾਂ ਨੂੰ ਪਿਆਰ ਕਰਦੇ ਆ ਉਹ ਨਾ ਪਿੱਛੇ ਲੱਗ ਕੇ ਉਹ ਵੀ ਹੇਟ ਲੱਗ ਜਾਂਦੇ ਆ ਕਰਨ ਵੀ ਉਹ ਬੰਦਿਆਂ ਪਿੱਛੇ ਲੱਗ ਕੇ ਵੀ ਉਹਨਾਂ ਨੂੰ ਐ ਹੁੰਦਾ ਵੀ ਖਾਨੀ ਸੱਚੀ ਹੋਏ ਇਹ ਬੰਦਾ ਜਿਹੜਾ ਹੁਣ ਤੁਹਾਨੂੰ ਮੈਂ ਦੱਸਦਾ ਰਾਮੂ ਨਾਲ ਮਲਾਉਣਾ ਰਾਮੂ ਤੈਨੂੰ ਕਿੰਨੇ ਸਾਲ ਹੋ ਗਏ ਆਪਣੇ ਕੋਲ 20 ਸਾਲ ਹੋ ਗਏ ਤੋ ਪਹਿਲੇ ਹੀ ਆ ਗਿਆ ਸੀ ਉਦੋਂ ਮੇਰਾ ਜਨਮ ਵੀ ਨਹੀਂ ਹੋਇਆ ਸੀ ਹੈ ਆ ਵੀ ਲੜਕਾ ਰ ਯਾਰ ਨਿਆਣਾ ਜ ਆ ਛੋਟਾ ਹਾਂ ਠੀਕ ਆ ਤੇ ਉਦੋਂ ਦਾ ਇਹ ਹੁਣ ਮੈਨੂੰ ਐਂ ਦੱਸ ਤੈਨੂੰ ਆਪਣੇ ਘਰੇ ਕੋਈ ਦਿੱਕਤ ਆਉਂਦੀ ਆ ਘਾਟ ਆਉਂਦੀ ਆ ਕਿਸੇ ਚੀਜ਼ ਦੀ ਰੋਟੀ ਪਾਣੀ ਦੀ ਪੈਸੇ ਦੀ ਕੋਈ ਕੱਪੜਿਆਂ ਦੀ ਕੁਛ ਨਹੀਂ ਹੈ ਹੁਣ ਤੁਹਾਨੂੰ ਇੱਕ ਗੱਲ ਹੋਰ ਦੱਸ ਦਾਂ ਇਹ ਘਰ ਦੇ ਮੈਂਬਰ ਵਾਂਗ ਰੱਖਿਆ ਹੋਇਆ ਹੁਣ ਅਸੀਂ ਜਦੋਂ ਬੋਲਦੇ ਆ ਮੈਂ ਕਹਿੰਦਾ ਓਏ ਸਾਲੇ ਗੱਤੇ ਓਏ ਇਹ ਮੈਨੂੰ ਆਉਂਦਾ ਹਾਂ ਓਏ ਬਈਏ ਆਏ ਅਸੀਂ ਆਪਾਂ ਚ ਬੋਲ ਬੂਲ ਕੇ ਟਾਈਮ ਪਾਸ ਕਰ ਲੈਂਦੇ ਨਾਰਮਲ ਵਿੱਚ ਵੀਰ ਕਹਿੰਦੇ ਵੀ ਗਾਲਾਂ ਕੱਢ ਰਿਹਾ ਗਰੀਬ ਬੰਦੇ ਨੂੰ ਬਾਬੇ ਇੱਕ ਵੀਡੀਓ ਚ ਦਿਖਾ ਦਿਓ ਵੀ ਤੇਰੀ ਭੈਣ ਨੂੰ ਅੱਗੇ ਮੈਂ ਵਰਡ ਬੋਲਦਾ ਨਹੀਂ ਵੀ ਉਹ ਗਾਲ ਕੱਢੀ ਹੋਵੇ ਉਹ ਵੀਡੀਓ ਚ ਪਿਛਲੀ ਚ ਲੋਕ ਕਮੈਂਟ ਕਰ ਰਹੇ ਆ ਵੀ ਗਾਲਾਂ ਕੱਢ ਰਿਹਾ ਗਰੀਬ ਬੰਦੇ ਨੂੰ ਐ ਬਾਕੀ ਪੁੱਛੋ ਗੱਡੀ ਚ ਲਿਆ ਕੇ ਰਾਮੂ ਕੱਪੜੇ ਦਿਵਾ ਕੇ ਲਿਆਇਆ ਕਿ ਨਾ ਭਾਰਸ ਤੋਂ ਆਹੀ ਵਾਰ ਗੱਡੀ 'ਚ ਨਾਲ ਖੁਦ ਲਿਆ ਕੇ ਆਪਣੇ ਉਹਰੇ ਸ਼ਹਿਰ ਆਪਾਂ 400 ਦੁਕਾਨ ਤੇ ਉੱਥੋਂ ਕੱਪੜੇ ਲਵਾ ਕੇ ਲੈਉਣਾ ਐ ਨਹੀਂ ਫੜੇ ਟੜੇ। ਬਾਕੀ ਹੁਣ ਪੈਣ ਆਈ ਸੀਗੀ ਬਾਹਰੋਂ ਕੀ ਲਿਆ ਕੇ ਦਿੱਤਾ ਤੈਨੂੰ ਉਹਨੇ? ਕੋਟ। ਕੋਟ ਇਹਨੂੰ ਲਿਆ ਕੇ ਦਿੱਤਾ ਬਾਹਰੋਂ ਠੀਕ ਆ। ਬਾਕੀ ਤੁਹਾਨੂੰ ਇੱਕ ਹੋਰ ਸਟੋਰੀ ਦੱਸਦਾ ਐ ਦੀ। ਇਹ ਵਿਚਾਰਾ ਹੈਗਾ ਪੋਲਾ ਇਹ ਵੀ ਆਪਾਂ ਪਤਾਈਆ ਵੀ ਪੋਲਾ ਐ ਥੋੜਾ ਜਿਹਾ ਬੰਦਾ। ਇਹਦਾ ਹੁਣ ਤੁਹਾਨੂੰ ਮੈਂ ਦੱਸਦਾ ਇਹਨੇ ਮੋਬਾਈਲ ਲਿਆ ਸੀਗਾ ਨਵਾਂ। ਨਵਾਂ ਮੋਬਾਈਲ ਲਿਆ ਸੀ iTel ਕੰਪਨੀ ਦਾ। ਉਹ ਮੋਬਾਈਲ ਕਿੰਨੇ ਦਾ ਲਿਆ ਸੀ? 7000 7000 ਦਾ ਹਨਾ ਤੇ ਉਹ ਮੋਬਾਈਲ ਚ ਇਹ ਕਹਿੰਦਾ ਵੀ ਮੈਂ ਪੈਸੇ ਕਟਾਉਂਗਾ ਵੀ ਮੋਬਾਈਲ ਦੇ ਵੀ ਤੁਸੀਂ 7000 ਰੁਪਇਆ ਕੱਟ ਲਿਓ ਮੇਰਾ ਵੀ ਮੈਂ ਨਾਉ ਨਾ ਖਾ ਓਏ ਨਾਉ ਨਾ ਖਾ ਨਾਉ ਖਾਣੇ ਮਾੜੇ ਹੁੰਦੇ ਨੇ ਉਹਦਾ ਮੈਨੂੰ ਕਹਿਣਾ ਹੁੰਦਾ ਤੀਲ ਆ ਹੈ ਤੀਲ ਆ ਤੀਲ ਖਾਇਆ ਸੀ ਅ ਸੱਤ ਤੀਲ ਤੇਲ ਦੀਆਂ ਪਿੰਨੀਆਂ ਪਿੰਨੀਆਂ ਖਾਦੀ ਹੋਣੀਆਂ ਤੇ ਹਨਾ ਬਾਬਿਓ ਉਹ ਮੋਬਾਈਲ ਕਹਿੰਦਾ ਵੀ ਮੇਰੇ ਪੈਸੇ ਕੱਟ ਲਿਓ ਮੋਬਾਈਲ ਦੇ ਵੀ ਮੈਂ ਮੋਬਾਈਲ ਲੈਣਾ ਟੱਚ ਚਾਲੇ ਨੂੰ ਮੋਬਾਈਲ ਦਵਾਤਾ ਜਿਵੇਂ ਅੱਜ ਰਾਤ ਨੂੰ ਮੋਬਾਈਲ ਲਿਆਂਦਾ ਦੂਏ ਦਿਨ ਸਵੇਰੇ ਇਹ ਡੰਗਰ ਲੈ ਕੇ ਜਾ ਰਿਹਾ ਸੀ ਮੋਟਰ ਤੇ ਨੂੰ ਅਰੇ ਇਹਦੇ ਪਾਸੇ ਝੱਕ ਗਿਆ ਹਾਂ ਤੇ ਡੰਗਰ ਲੈ ਕੇ ਜਾ ਰਿਹਾ ਸੀ ਮੋਟਰ ਤੇ ਨੂੰ ਰੇੜੇ ਤੇ ਬੈਠਾ ਸੀ ਉਹ ਰੇੜੇ ਦੀ ਜੇਬ ਬੈਠਾ ਸੀ ਜਦੋਂ ਜੇਬ ਚੋਂ ਨਿਕਲ ਕੇ ਇੱਕ ਪਿੰਡ 'ਚ ਗਰ ਗਿਆ ਪਿੰਡ 'ਚ ਗਿਰਿਆ ਹੋਇਆ ਤੇ ਕੀ ਹੋਇਆ ਬਾਬੇ ਉਹ ਗਾਹ ਹੁਣ ਤੁਹਾਨੂੰ ਲੋਕਾਂ ਦੀ ਸਤਾਈ ਰੱਖਦੇ ਹੋ ਤੁਸੀਂ ਮੈਨੂੰ ਕਹਿ ਰਹੇ ਹੋ ਵੀ ਆਏ ਆਏ ਆ ਮੈਨੂੰ ਗੁੱਸਾ ਲੱਗਿਆ ਇਹ ਗੱਲ ਦਾ ਬਹੁਤ ਤੇ ਗੁੱਸਾ ਲੱਗਿਆ ਮੈਂ ਤਾਂ ਵੀਡੀਓ ਬਣਾ ਰਿਹਾ ਤੇ ਉਹ ਮੋਬਾਈਲ ਗਰ ਗਿਆ ਹੀ ਚੱਕ ਲਿਆ ਕਿਸੇ ਨੇ ਹਨਾ ਚੱਲ ਇਹ ਵਿਚਾਰਾ ਉੱਥੇ ਡੰਗਰ ਡੰਗਰ ਖੜਾ ਕੇ ਜਾਦੇ ਨੇ ਦੇਖਿਆ ਵੀ ਮੋਬਾਈਲ ਹੈ ਨਹੀਂ ਇਹ ਫੇਰ ਵਾਪਸ ਆਇਆ ਘਰੇ ਕਹਿੰਦਾ ਵੀ ਮੋਬਾਈਲ ਗਰ ਗਿਆ ਚੱਲ ਅਸੀਂ ਲੱਬਿਆ ਬਹੁਤ ਜਣ ਨੂੰ ਪੁੱਛਿਆ ਵੀ ਜਿੱਥੇ ਤੱਕ ਗਿਆ ਸੀ ਦੇਖਿਆ ਕਿਤੇ ਨਹੀਂ ਮਿਲਿਆ ਚੱਲ ਅਸੀਂ ਲੌਸਮੈਂਟ ਵੀ ਕਰਾਈ ਹਨਾ ਜਿਹੜੇ ਜਿਹੜੇ ਬੰਦੇ ਨੂੰ ਪਤਾ ਲੱਗਾ ਉਹ ਬੰਦੇ ਸਾਰੇ ਦੁਖੀ ਸੀਗੇ ਯਾਰ ਹਨਾ ਵੀ ਗਰੀਬ ਬੰਦਾ ਪਰਦੇਸੋਂ ਆਇਆ ਹੋਇਆ ਵੀ ਮੋਬਾਈਲ ਕਰ ਗਿਆ ਵੀ ਚੱਲ ਆਸਮੈਂਟ ਕਰਾਉਨੇ ਆ ਜੀ ਜਿਹੜੇ ਦੇ ਕੋਲ ਚੱਕਿਆ ਹੋਊ ਜੀ ਨੇ ਚੱਕਿਆ ਉਹ ਦੇ ਦੂਗਾ ਪਰ ਪਤਾ ਸਾਨੂੰ ਵੀ ਆ ਵੀ ਕਿਨੇ ਚੱਕਿਆ ਕਿੱਥੇ ਕਿ ਗਿਰਿਆ ਸੀਗਾ ਪਰ ਉਹਨੇ ਦਿੱਤਾ ਨਹੀਂ ਮੋਬਾਈਲ ਹਨਾ ਤਾਂ ਇਹ ਬਚਾਰਾ ਬਹੁਤ ਦੁਖੀ ਹੋਇਆ ਰੋਇਆ ਕਿਉਂ ਹੱਕ ਦੀ ਕਮਾਈ ਦਾ ਸੀਗਾ ਯਾਰ ਇਹ ਕਿਹੜਾ ਇਦਾਂ ਸੀ ਵੀ ਕੁਰਸੀ ਤੇ ਬਹਿ ਕੇ ਪੈਸੇ ਮੰਗਦਾ ਆ ਜਾਂ 57 ਕੁਝ ਹੋਰ ਕਰਦਾ ਮਿਹਨਤ ਕਰਦਾ ਬਚਾਰਾ ਮੈਂ ਤਾਂ ਕਰਕੇ ਆਪਦੇ ਪੈਸੇ ਹੱਕ ਦੀ ਕਮਾਈ ਦਾ ਮੋਬਾਈਲ ਇਹਨੇ ਲਿਆ ਸੀਗਾ ਇਹਨੂੰ ਬਹੁਤ ਦੁੱਖ ਲੱਗਿਆ ਚੱਲ ਡੈਡੀ ਕਹਿੰਦਾ ਵੀ ਤੂੰ ਰੋ ਨਾ ਕੋਈ ਗੱਲ ਨਹੀਂ ਰੰਮੂ ਵੀ ਤੂੰ ਹੁਣ ਐਨਾ ਕਰਦਾ ਆਪਣੇ ਘਰ ਦਾ ਕਿਉਂ ਹੁਣ ਬਾਬੇ ਉਹ ਆਪਣੀ ਸਾਰੀ ਖੇਤੀ ਇਹਦੇ ਸਿਰ ਤੇ 14 ਕਿੱਲੇ ਆਪਣੇ ਕੋਲ ਖੇਤੀ ਦੇ ਤੇ 6 ਡੰਗਰਾਂ ਹਨਾ ਤੇ ਛੇ ਡੰਗਰਾ 14 ਕਿੱਲੇ ਖੇਤੀ ਦੇ ਆ ਇਹ ਕਰਦਾ ਸਾਰੀ ਬਾਕੀ ਰਹੀ ਗੱਲ ਐ ਵੀ ਨਹੀਂ ਹੈਗਾ ਵੀ ਹਾਂ ਵੀ ਆਪਾਂ ਇਹਨੂੰ ਤਨਖਾਹ ਦਿੰਨੇ ਆ ਜੀ ਵੀ ਇਹ ਤੋਂ ਦੱਬ ਕੇ ਕੰਮ ਕਰਾਉਣਾ ਇਹ ਤੋਂ ਪੁੱਛ ਲੋ ਕਣਕ ਦੇ ਰੇ ਇਕੱਲੇ ਆ ਆਪ ਪਾਉਂਦਾ ਉਹ ਵੀ ਇਹ ਖੁਦ ਕਹਿੰਦਾ ਵੀ ਮੈਂ ਪਾਉਂਗਾ ਤੇ ਜੀਰੀ ਟਾਈਮ ਹੀ ਕਹਿੰਦਾ ਵੀ ਕੋਈ ਬੰਦਾ ਰੱਖ ਲਓ ਦੋ ਦਿਹਾੜੀਏ ਰੱਖਦੇ ਆ ਜੀਰੀ ਟਾਈਮ ਆਪਾਂ ਉਹ ਚ ਰੇ ਨਾਲ ਪਾਉਂਦੇ ਕਿ ਨਾ ਦੱਸ ਤੂੰ ਇਕੱਲਾ ਤਾਂ ਨਹੀਂ ਪਾਉਂਦਾ ਕਦੇ ਦੁੱਖ ਤਕਲੀਫ ਆਈਆ ਤੈਨੂੰ ਕੋਈ ਤੇਰੇ ਸੱਟ ਫੇੜ ਲੱਗੇ ਤੈਨੂੰ ਦਵਾਈ ਨਾ ਦਵਾਈ ਹੋਵੇ ਖੁਦ ਆਪ ਗੱਡੀ ਚ ਲੈ ਆ ਕੇ ਇਹਦਾ ਮੋਢਾ ਉਤਰਿਆ ਸੀ ਰੇਹ ਦੇ ਫੱਲੇ ਚੱਕਣ ਕਰਨ ਤਾਂ ਕਰਕੇ ਮੋਢਾ ਮੋਢਾ ਸਾਬ ਆਪ ਜਾ ਕੇ ਪਵਾ ਕੇ ਲਿਆਉਂਦਾ ਰਿਹਾ ਐ ਨਹੀਂ ਹੈਗਾ ਵੀ ਇਹ ਸੀਰੀਅਮ ਆ ਘਰ ਰੱਖਿਆ ਹੈ ਬਾਕੀ ਪੈਨ ਖਾੜਨ ਨੂੰ ਕਿੱਥੇ ਪੈਣਾ ਨੂੰ ਅੰਡਰ ਘਰੇ ਪੈਣਾ ਮੰਜੇ ਦੇ ਬਿਸਤਰਾ ਐਨ ਪੂਰਾ ਐ ਨਹੀਂ ਗਰਮੀਆਂ ਚ ਪੱਖਾ ਐਨ ਆਹੋ ਵੀ ਕਿਸੇ ਜੀ ਰੋਟੀ ਦੁੱਧ ਪਾਣੀ ਲੱਸੀ ਸਰ ਦਹੀਂ ਦਹੀਂ ਸਭ ਕੁਝ ਮਿਲਦਾ ਐਨ ਆ ਐ ਨਹੀਂ ਹੈਗਾ ਵੀ ਦੁੱਧ ਦੇ ਲੋੜ ਰੱਖਿਆ ਹੈ ਬਾਕੀ ਤਰਾਹੀ ਗੱਲ ਲੋਕਾਂ ਦੀ ਲੋਕ ਤਾਂ ਯਾਰ ਰੱਬ ਨੂੰ ਨਹੀਂ ਛੱਡਦੇ ਤੁਸੀਂ 12 15 ਮਿੰਟ ਦੀ ਵੀਡੀਓ ਚ ਦੇਖ ਕੇ ਦੱਸ ਦਿੰਨੇ ਹੋ ਵੀ ਹਨਾ ਵੀ ਬੰਦਾ ਫੁੱਦੂ ਆਕ ਵਧੀਆ ਤੇ ਤੁਸੀਂ ਫਿਰ ਇੰਟੈਲੀਜੈਂਸੀ ਦਾ ਪੇਪਰ ਕਿਉਂ ਨਹੀਂ ਦੇ ਦਿੰਦੇ ਤੁਸੀਂ ਐਨੇ ਸਿਆਣੇ ਹੋ ਤੁਸੀਂ ਵੀ ਮੈਨੂੰ 15 ਮਿੰਟ ਦੀ ਵੀਡੀਓ ਚ ਦੇਖ ਕੇ ਦੱਸਦਾ ਵੀ ਰਾਮੂ ਨੂੰ ਗਾਲਾਂ ਕੱਢ ਰਹੇ ਨੇ ਜੀ ਤੱਕਾ ਕਰ ਰਹੇ ਨੇ ਸਾਡਾ ਪਿਆਰ ਆ ਪ੍ਰੇਮ ਆ ਇਹ ਇਹਨੂੰ ਮੈਂ ਕੱਢ ਦਿੰਦਾ ਇਹ ਮੈਨੂੰ ਕੱਢ ਦਿੰਦਾ ਸਾਡਾ ਕੋਈ ਉਹੀ ਨਹੀਂ ਹੈਗਾ ਕਿਉਂ ਗਾਲ ਦਾ ਦੁਖਾ ਉੱਥੇ ਲੱਗਦਾ ਹੁੰਦਾ ਜਿਹੜਾ ਬਗਾਨਾ ਬੰਦਾ ਹੁੰਦਾ ਆਪਦੇ ਬੰਦੇ ਨੂੰ ਗਾਲ ਦਾ ਕੋਈ ਦੁੱਖ ਨਹੀਂ ਲੱਗਦਾ ਹੁੰਦਾ ਕਿਉਂਕਿ ਜਿਹੜਾ ਬਗਾਨਾ ਹੁੰਦਾ ਉਹਨੂੰ ਗਾਲ ਕੱਢਦੇ ਆ ਉਹ ਝੱਲਦਾ ਨਹੀਂ ਉਹ ਲੜ ਕੇ ਭੱਗ ਜਾਂਦਾ ਜਿਹਦੇ ਨਾਲ ਪ੍ਰੇਮ ਪਿਆਰ ਹੁੰਦਾ ਜਿੰਨੀ ਮਰਜ਼ੀ ਗਾਲਾਂ ਆਪ ਕੱਢੀ ਜਾਓ ਚਾਹੇ ਉਹ ਕੱਢੀ ਜਾਵੇ ਬੰਦਾ ਲੜਦਾ ਨਹੀਂ ਫੇਰ ਚੱਲ ਥੋੜੇ ਟਾਈਮ ਲਈ ਗੁੱਸਾ ਹੁੰਦਾ ਫੇਰ ਓਮੇ ਦਾ ਓਮੇ ਹੋ ਜਾਂਦਾ ਹੁਣ ਸਾਡੇ 'ਚ ਕੋਈ ਐਜਾ ਹੋਣੀ ਹੈਗਾ ਕਿਉਂ ਮੈਂ ਵੀ ਇਹਦੇ ਹੱਥਾਂ 'ਚ ਖੇਡਿਆ ਪੜਿਆ ਇਹਨੇ ਇਹਦੇ ਹੱਥਾਂ 'ਚ ਖੇਡਿਆ ਪੜਿਆ ਮੈਂ ਮੇਰੀ ਜੰਨੀ ਕੋ ਸੁਰਤ ਸੰਭਲੀ ਹੋਈ ਆ ਤੇ ਤੇ ਵਿੱਚੇ ਰਹਿ ਗਈ ਸੀ ਆਪਣੀ ਉਹ ਮੋਬਾਈਲ ਇਹਨੂੰ ਦਵਾਇਆ ਡੈਡੀ ਕਹਿੰਦਾ ਵੀ ਚੱਲ ਮੈਂ ਤੈਨੂੰ ਮੋਬਾਈਲ ਦਵਾ ਦਿੰਦਾ ਵੀ ਤੂੰ ਰੋ ਨਾ ਇਹ ਰੋਣ ਲੱਗ ਗਿਆ ਵਿਚਾਰਾ ਵੀ ਹਣਾ ਹੱਕ ਦੀ ਕਮਾਈ ਦਾ ਮੋਬਾਈਲ ਸੀਗਾ ਤੇ ਡੈਡੀ ਨੇ ਚੱਲ ਇਹਨੂੰ ਮੋਬਾਈਲ ਲਿਆਤਾ ਜੀ 5000 ਦਾ ਉਹ ਮੋਬਾਈਲ ਦੇ ਪੈਸੇ ਕੱਟੇ ਨੇ ਕੋਈ ਵੀ ਇਹਨੂੰ ਕਿਹਾ ਵੀ ਤੂੰ ਚੱਲ ਸਾਡਾ ਗਿਆ ਉਹ ਜਿਹੜਾ ਮੋਬਾਈਲ ਖੁਦ ਦਿਖਾਈਂ ਹੁਣ ਕਿਹੜਾ ਮੋਬਾਈਲ ਲਿਆ ਕੇ ਦਿੱਤਾ ਇਹਨੂੰ ਫਿਰ ਨਾਲ ਦੀ ਨਾਲ ਆਹ ਮੋਬਾਈਲ ਲਿਆਤਾ ਵੀ ਚੱਲ ਤੈਨੂੰ ਮੋਬਾਈਲ ਅਸੀਂ ਲਿਆ ਦਿੰਨੇ ਆ ਟੱਚ ਠੀਕ ਆ ਇਹ ਵੀ ਇਹਨੇ ਭੰਨ ਲਿਆ ਕੋਈ ਕਾਰਟੋਨਾ ਬੱਤੀ ਅੱਤਾ ਬਣਿਆ ਤੋਤਾ ਕਾਰਟੋਨ ਨੇ ਉੱਤਾ ਇਹ ਲਮਕਾਇਆ ਹੋਇਆ ਦੀ ਕਹਿੰਦਾ ਡੇਗ ਤੇ ਤਾਂ ਅੱਗੇ ਨਾਲ ਉਹ ਕਾਰਟੋਨ ਨੇ ਉਹ ਕਰਤਾ ਮੈਨੇ ਤਾਗਾ ਬਣਿਆ ਤੇ ਤੂੰ ਆਪਣਾ ਬਾਪ ਲਾਜੀ ਡ ਕਾਟੋ ਬੜਲੇ ਗਿਰ ਗਲੇ ਕਾਰਟੋਨ ਨੇ ਵੜਤਾ ਹੈਡ ਗਰ ਗਿਆ ਫਟ ਗਿਆ ਚਲੋ ਕੋਈ ਗੱਲ ਨਹੀਂ ਹਨਾ ਫਿਰ ਇਹਨੂੰ ਆ ਮੋਬਾਈਲ ਲੈ ਕੇ ਦਿੱਤਾ ਇਹਦਾ ਕੋਈ ਰੁਪਈਆ ਨਹੀਂ ਕਟਿਆ ਵੀ ਨਹੀਂ ਹਨਾ ਵੀ ਚੱਲ ਬੰਦਾ ਆਪਣਾ ਇੰਨਾ ਕਰਦਾ ਵੀ ਨਹੀਂ ਪਰ ਯਾਰ ਮੈਨੂੰ ਗੁੱਸਾ ਹੈ ਇਸ ਗੱਲ ਦਾ ਹੁੰਦਾ ਵੀ ਤੁਸੀਂ ਆਪ ਦੀਆਂ ਹੀ ਚੁੰਗਲੀਆਂ ਪਾਗਲੀਆਂ ਪੈਸੇ ਦੇਣ ਦੀ ਘਾਤ ਨਹੀਂ ਤੈਨੂੰ ਪੈਸੇ ਦੀ ਘਾਟ ਆਈਆ ਕਦੇ ਜਿਹੜੀ ਵੀ ਚੀਜ਼ ਮੰਗਦਾ ਤੈਨੂੰ ਮਿਲੀ ਆ ਦੱਸ ਜਿਹੜਾ ਕੋ ਸਾਫ ਖਾਨੇ ਆ ਉਹੀ ਤੈਨੂੰ ਮਿਲਦਾ ਨਹੀਂ ਆ ਹੁੰਦਾ ਅਗਲਾ ਸੀਰੀਆਂ ਦੀ ਚਾਹ ਲੱਗ ਕਰਦੇ ਨੇ ਵਿੱਚ ਲੋਕ ਮੈਂ ਵੀ ਬਹੁਤ ਬੰਦੇ ਦੇਖੇ ਨੇ ਤੈਨੂੰ ਵੀ ਪਤਾ ਯਾਰ ਆਮੂ ਵੀ ਜਿਹੜਾ ਨੌਕਰ ਬੰਦਾ ਹੁੰਦਾ ਤੈਨੂੰ ਨੌਕਰਾ ਮੰਗ ਕੇ ਸਮਝਿਆ ਕਦੇ ਜਿੰਨੇ ਵੀ ਕੱਪੜੇ ਲੀੜੇ ਚੱਪੜਾਂ ਚੱਪੜਾਂ ਐ ਨਹੀਂ ਵੀ ਟੁੱਟੀਆਂ ਚੱਪੜਾਂ ਐ ਨਵੀਆਂ ਚੱਪੜਾਂ ਹੋਣਗੀਆਂ ਇਹਦੇ ਮੇਰੇ ਵੀ ਦੇਖ ਲਓ ਇਹਦੇ ਨਾਲ ਦੀਆਂ ਚੱਪੜਾਂ ਨੇ ਔਰੰਗ ਦਾ ਚਲੋ ਇਹਦਾ ਸ਼ੁਰੂ ਤੋਂ ਹੀ ਮਾੜਾ ਮੱਟਾ ਕਾਲਾ ਬਾਕੀ ਕੋਈ ਐਹੀ ਗੱਲ ਨਹੀਂ ਹੈਗੀ ਵੀ ਹਾਂ ਜਾਂ ਇਹ ਤੋਂ ਵੀ ਕੰਮ ਮ ਦੂਜਾ ਲੋਡ ਲੈਣਾ ਤੇਰੀ ਤਨਖਾਹ ਕਿੰਨੀ ਆ ਚਲਾਪੇ ਦੱਸ ਦੇ ਕਹਿਣ ਗਿਆ ਨੌ ਹਜ਼ਾਰ 9000 ਰੁਪਿਆ ਤਨਖਾਹ ਹੈ ਦੀ ਮਹੀਨੇ ਦੀ ਇਹ ਨਹੀਂ ਹੈਗਾ ਵੀ 9000 ਰੁਪਿਆ ਦੇਣਾ ਤਾਂ ਕੁੱਟ ਕੇ ਕੰਮ ਲੈਣਾ ਇਹ ਤੋਂ ਪੱਥਰੋਂ ਰੇਹ ਸਪਰੇਅ ਨੂੰ ਸਭ ਦਵਾਈ ਨੂੰ ਬੰਦੇ ਲਾਉਨੇ ਆ ਕਣਕ ਤੇ ਆਪ ਕਹਿੰਦਾ ਹੁੰਦਾ ਖੁਦ ਨਹੀਂ ਸਾਰੇ ਦਿਹਾੜੀਏ ਨਾਲ ਲੱਗ ਕੇ ਦੇ ਕਿਉਂ ਇੱਕ ਨਹੀਂ ਵੀ ਰਾਮੂ ਰੱਖਿਆ ਹੋਇਆ ਤਾਂ ਕੱਲਾ ਇਹੀ ਕਰੂਗਾ ਸਭ ਕੁਝ ਕਮੈਂਟ ਸੈਕਸ਼ਨ ਦਾ ਮਤਲਬ ਦੱਸਦਾ ਵਿੱਚ ਬੰਦੇ ਆਪਾਂ ਨੂੰ ਪਿਆਰ ਵੀ ਬਹੁਤ ਕਰਦੇ ਆ ਉਹਨੂੰ ਲਵ ਜੂ ਸਾਰਿਆਂ ਨੂੰ ਬਾਕੀ ਤੁਹਾਨੂੰ ਪਤਾ ਹੀ ਆ ਨੰਬਰ ਦੇ ਅਸਟਾ ਦਿੱਤਾ ਹੋਇਆ ਜਿਹੜੇ ਬਾਈ ਨਾਲ ਵੀ ਗੱਲ ਕਰਦਾ ਪੂਰੇ ਪਿਆਰ ਨਾਲ ਕਰਦਾ ਜੀ ਇਹਨਾਂ ਨੇ ਕਰੀ ਆ ਪਤਾ ਹੀ ਆ ਕਮੈਂਟ ਕਰਕੇ ਦੱਸ ਦੋ ਸਾਰੇ ਵੀ ਹਨਾ ਜਿਹਨੇ ਜਿਹਨੇ ਮੈਨੂੰ ਫੋਨ ਕਰਿਆ ਵੀ ਕਦੇ ਤੁਹਾਨੂੰ ਗੱਲ ਗਲਤ ਤਰੀਕੇ ਨਾਲ ਕਰੀ ਹੋਵੇ ਜਾਂ ਜੀ ਤੋਂ ਬਗੈਰ ਬੋਲੇ ਹੋਈਏ ਤੇ ਇਹ ਚ ਸਾਡਾ ਪਿਆਰ ਆ ਹਨਾ ਅਸੀਂ ਜਿਵੇਂ ਮਰਜ਼ੀ ਰਹੀ ਆ ਯਾਰ ਜਿਹੜੇ ਬੰਦੇ ਨੂੰ ਬਿਲਾ ਨੂੰ ਵੀ ਆਪਣੀ ਦਿਲ ਤੋਂ ਹੁੰਦੀ ਆ ਉਹ ਕੋਈ ਗੁੱਸਾ ਨਹੀਂ ਕਰਦਾ ਹੁੰਦਾ ਗੱਲ ਦਾ ਤੂੰ ਮੈਨੂੰ ਐਂ ਦੱਸ ਆਪਾਂ ਕਿੰਨੀ ਵਾਰ ਲੈਣਾ ਗੁੱਸਾ ਕਰਿਆ ਗੱਲ ਦਾ ਆਪਾਂ ਫੇਰ ਉਵੇਂ ਹੀ ਹੋ ਜੰਨੇ ਆ ਬੀਨਾ ਹੀ ਯਾਰ ਕਿਉਂ ਇਹ ਚੀਜ਼ਾਂ ਨਾਲ ਟਾਈਮ ਪਾਸ ਵਧੀਆ ਹੋ ਜਾਂਦਾ ਯਾਰ ਕਿਉਂ ਲੰਘਣਾ ਟਾਈਮ ਓਮੇਵੀਆਂ ਓਮੇਵੀਆਂ ਵੀ ਆਪਾਂ ਹਾਸ ਖੇਡ ਕੇ ਟਾਈਮ ਲੰਗਾਈਏ ਮੇਰਾ ਸਿਰਫ ਮੈਸੇਜ ਇਹ ਸੀਗਾ ਲੋਕ ਕਹੀ ਜਾਂਦੇ ਨੇ ਜੀ ਹੁਣ ਕੰਮ ਕਰਾ ਕੇ ਗਾਲਾਂ ਕੱਢ ਰਿਹਾ ਐ ਕਰ ਰਿਹਾ ਐ ਕਰ ਰਿਹਾ ਰਾਮੂ ਤੇਰੇ ਨਾਲ ਦੱਸ ਕਦੇ ਡਾਂਗ ਸੋਟਾ ਮਾਰਿਆ ਹੋਵੇ ਤੇਰੇ ਨਾਲ ਲੜਾਈ ਕਰੀ ਹੋਵੇ ਇਹ ਉਮੀ ਫਿਰ ਕਹੀ ਜਾਂਦੇ ਨੇ ਵੀ ਏਕਣਾ ਏਕਣਾ ਜੀ ਰਾਮੂ ਨਾਲ ੱਤਕਾ ਕਰ ਰਹੇ ਨੇ ਗੁਰੂ ਨਾਨਕ ਦੇਵ ਦੇ ਬੋਲਾਂ ਤੇ ਚੱਲੋ ਬਾਬਿਓ ਨਾਨਕਦੇਵ ਦੇ ਬੋਲਾਂ ਦੀ ਚੱਲ ਰਿਆਂ ਤਾਂ ਉਰੇ ਤੱਕ ਪਹੁੰਚ ਗਏ ਤੇ ਰਹੀ ਗੱਲ ਇੱਕ ਬਾਈ ਦਾ ਕਮੈਂਟ ਆਇਆ ਸੀਗਾ ਕਹਿੰਦਾ ਵੀ ਜੇ ਮੋਦੀ ਨੇ ਬਿੱਲ ਪਾਸ ਕਰਤੇ ਵੀ ਤੇਰੇ ਵਰਗਾ ਵੀ ਦਿਹਾੜੀਆਂ ਕਰੂਗਾ ਬਾਬੇ ਹੱਸ ਕੇ ਕਰਾਂਗੇ ਕਿਉਂ ਕੰਮ ਕਰਮ ਹੁੰਦਾ ਇਹ ਦਿਹਾੜੀ ਕਰਦਾ ਵੀ ਫਿਰ ਇਹ ਦੀ ਕਿਸਮਤ ਮਾੜੀ ਐ ਮੈਂ ਦਿਹਾੜੀ ਕਰੂ ਮੇਰੀ ਕਿਸਮਤ ਮਾੜੀ ਐ ਉਹ ਤਾਂ ਕੰਮ ਐ ਕਰਮ ਆ ਆਪਾਂ ਖੇਤੀ ਕਰਦੇ ਆ ਸਾਰਿਆਂ ਦਾ ਬਾਣੀਏ ਦਲਾਲੀ ਦਲੂਲੀ ਸਾਰਿਆਂ ਦਾ ਅਪਦਾਬਦਾ ਕੰਮ ਐ ਕੰਮ ਕਰ ਲਾਂਗੇ ਭੁੱਖਾ ਮੈਂ ਨਹੀਂ ਮਰਦਾ ਬਾਬੇ ਜਿਹੜੇ ਆ ਤਾਨੇ ਮਾਰਦੇ ਭੁੱਖੇ ਉਹ ਮਰਦੇ ਹੁੰਦੇ ਨੇ ਜਿਨ੍ਹਾਂ ਦਾ ਦਿਲ ਬੜਾ ਹੁੰਦਾ ਉਹ ਕਦੇ ਭੁੱਖੇ ਨਹੀਂ ਮਰਦੇ ਹੁੰਦੇ ਕੋਈ ਗੱਲ ਨਹੀਂ ਬਾਬੇ ਹੱਸ ਕੇ ਕਰਾਂਗੇ ਦਿਹਾੜੀਆਂ ਕੋਈ ਚੱਕਰ ਨਹੀਂ ਹੈਗਾ ਹਨਾ ਵੀ ਇਦਾਂ ਵੀ ਹਾਂ ਰੋਕੇ ਕਰਾਂਗੇ ਕਿ ਕੰਮ ਕਰਮ ਹੁੰਦਾ ਬੰਦੇ ਦਾ ਜੀ ਹੱਸ ਕੇ ਪੂਰਾ ਐਨ ਕਰਾਂਗੇ ਤੇ ਬਾਬੇਓ ਮੇਰਾ ਮਕਸਦ ਆਹੀ ਸੀਗਾ ਹਨਾ ਵੀ ਉਹ ਲੋਕਾਂ ਨੂੰ ਦੱਸਣਾ ਵੀ ਸਾਡੀ ਕੋਈ ਐਹੀ ਗੱਲ ਨਹੀਂ ਪਿਆਰ ਆ ਸਾਡਾ ਜਿਹੜੇ ਉਹਨਾਂ ਨੂੰ ਨਹੀਂ ਮੇਰਾ ਮਤਲਬ ਸੀਗਾ ਮਤਲਬ ਮੇਰਾ ਵੀਡੀਓ ਬਣਾਉਣ ਦਾ ਇਦਾਂ ਨਹੀਂ ਜਿਹੜੇ ਆਪਾਂ ਨੂੰ ਪਿਆਰ ਕਰਦੇ ਆ ਵੀ ਉਹ ਉਹਨਾਂ ਦੇ ਪਿੱਛੇ ਲੱਗ ਕੇ ਨਾ ਹੋ ਜਾਣ ਤੇ ਮੈਂ ਤਾਂ ਹੀ ਆ ਵੀਡੀਓ ਬਣਾਈ ਸੀਗੀ ਬਾਕੀ ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਹੈਗੀ ਆ ਤਾਂ ਮੈਨੂੰ ਮੈ ਫੋਨ ਕਰ ਲਿਓ ਨੰਬਰ ਦਿੱਤਾ ਹੀ ਹੋਇਆ ਸਾਰਿਆਂ ਨੂੰ ਪਤਾ ਹੀ ਆ ਨੰਬਰ ਮੇਰਾ ਪਿਛਲੇ ਵੀਡੀਓ 'ਚ ਸਾਰਿਆਂ 'ਚ ਦਿੱਤਾ ਹੀ ਹੋਇਆ ਕਿਉਂ ਜਿਨ੍ਹਾਂ ਨਾਲ ਗੱਲ ਵੀ ਕਰੀਆ ਉਹਨਾਂ ਨੂੰ ਪਤਾ ਵੀ ਮੈਂ ਕਿਵੇਂ ਦਾ ਜਾਂ ਮੇਰੇ ਨਾਲ ਜਿਹੜੇ ਵਰਤਦੇ ਆ ਵੀ ਮੈਂ ਕਿਵੇਂ ਦਾ ਕਿਵੇਂ ਦਾ ਸੁਭਾਅ ਹੈ ਮੇਰਾ ਉਹ ਸਭ ਨੂੰ ਪਤਾ ਹੀ ਆ ਮੈਨੂੰ ਵਿੱਚ ਵਿੱਚ ਬੰਦਿਆਂ ਨੂੰ ਅਡਵਾਈਸ ਦੇਣ ਦੀ ਲੋੜ ਨਹੀਂ ਵੀ ਮੈਂ ਕਿਵੇਂ ਦਾ ਮੈਂ ਹੁਣ ਆ ਲਾਸਟ ਵੀਡੀਓ ਰਿਪਲਾਈ ਤੇ ਬਣਾਉਣੀ ਸੀ ਕਿਉਂ ਮੈਨੂੰ ਵਧੀਆ ਨਹੀਂ ਲੱਗਦਾ ਯਾਰ ਇਹ ਕੰਮ じゃ ਕਿਉਂ ਮੇਰਾ ਦਿਲ ਦੁਖਿਆ ਇਹ ਗੱਲ ਤੋਂ ਵੀ ਸਾਲੇ ਗੱਲ ਕਿਹੜੀ ਹੁੰਦੀ ਆ ਵੀ ਬੰਦੇ ਕਿੱਧਰ ਨੂੰ ਲੈ ਜਾਂਦੇ ਆ ਤਾਂ ਕਰਕੇ ਮੈਂ ਵੀਡੀਓ ਬਣਾਈ ਆ ਇਹ ਤੇ ਹੁਣ ਮੈਂ ਕਮੈਂਟਾਂ ਚ ਗੌਰੇ ਨਹੀਂ ਕਰਿਆ ਕਰਨੀ ਮੈਂ ਕਮੈਂਟ ਪੜ੍ਹੇ ਹੀ ਨਹੀਂ ਕਰਨੇ ਪਹਿਲਾਂ ਮੈਂ ਕੱਲਾ ਕੱਲਾ ਕਮੈਂਟ ਪੜ੍ਹਦਾ ਸੀਗਾ ਨਾ ਤੇ ਮੈਂ ਹੁਣ ਕਮੈਂਟ ਪੜ੍ਹੇ ਹੀ ਨਹੀਂ ਕਰਨੇ ਇਹਨਾਂ ਬੰਦਿਆਂ ਕਰਕੇ ਵੀ ਬੰਦਾ ਜਿਹੜੇ ਵਧੀਆ ਕਮੈਂਟ ਕਰਦੇ ਨੇ ਉਹਨਾਂ ਦੇ ਕਮੈਂਟ ਵੀ ਰਹਿ ਜਾਂਦੇ ਨੇ ਚਲੋ ਬਾਬੇ ਅੱਜ ਦੀ ਵੀਡੀਓ ਚ ਇੰਨੀ ਸੀਗਾ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਨਾ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਅੱਗੇ ਸ਼ੇਅ ਤਾਂ ਕਮੈਂਟ ਕਰਕੇ ਦੱਸਿਓ ਜਿਨ੍ਹਾਂ ਨੂੰ ਨਹੀਂ ਸਮਝ ਆਈ ਉਹ ਵੀਡੀਓ ਦੁਬਾਰਾ ਦੇਖ ਲੈਣਾ ਤੇ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ ਮਿਲਦੇ ਆਂ ਅਗਲੀ ਵੀਡੀਓ ਚ